ਸੰਧੂ ਟੇਕ ਓਵਰ। ਜੀ ਹਾਂ, ਹੁਣ ਤਿੰਨ ਸੰਧੂ ਮਿਲ ਕੇ ਸਾਡੀ ਇੰਡਸਟਰੀ 'ਤੇ ਟੇਕ ਓਵਰ ਕਰਨ ਵਾਲੇ ਨੇ। ਜੀ ਹਾਂ, ਮੈਂ ਗੱਲ ਕਰ ਰਹੀ ਹਾਂ ਨਵਾਨ ਸੰਧੂ, ਅਮਰ ਸੰਧੂ ਅਤੇ ਮਨੀ ਸੰਧੂ ਦੀ। ਜਿੱਥੇ ਸਾਨੂੰ ਇਹਨਾਂ ਨੇ ਆਪਣੀ ਆਵਾਜ਼ ਅਤੇ ਮਿਊਜ਼ਿਕ ਦੇ ਨਾਲ ਖੁਸ਼ ਕੀਤਾ ਹੈ, ਉੱਥੇ ਹੁਣ ਇੱਕ ਵਾਰ ਫਿਰ ਤੋਂ ਉਹ ਸਾਨੂੰ ਆਪਣੇ ਨਵੇਂ ਗਾਣੇ ਦੇ ਨਾਲ ਖੁਸ਼ ਕਰਨ ਵਾਲੇ ਨੇ, ਜਿਸ ਗਾਣੇ ਦਾ ਟਾਈਟਲ ਹੈ ਸੰਧੂ ਟੇਕ ਓਵਰ। ਆਓ ਫਿਰ ਤੁਸੀਂ ਚੈੱਕ ਕਰ ਲਓ ਇਸ ਗਾਣੇ ਦੇ ਅਫੀਸ਼ੀਅਲ ਪੋਸਟਰ ਨੂੰ। ਜੇ ਮੈਂ ਹੁਣ ਗੱਲ ਕਰਾਂ ਇਸ ਗਾਣੇ ਦੀਆਂ ਡਿਟੇਲਸ ਦੀ, ਤੁਹਾਨੂੰ ਮੈਂ ਦੱਸ ਦੇਵਾਂ ਕਿ ਇਸ ਗਾਣੇ ਨੂੰ ਲਿਖਿਆ, ਗਾਇਆ ਅਤੇ ਕੰਪੋਜ਼ ਕੀਤਾ ਗਿਆ ਹੈ ਨਵਾਨ ਸੰਧੂ ਵੱਲੋਂ, ਅਤੇ ਇਸ ਗਾਣੇ ਨੂੰ ਨਵਾਨ ਸੰਧੂ ਦੇ ਨਾਲ ਗਾਇਆ ਹੈ ਅਮਰ ਸੰਧੂ ਨੇ, ਅਤੇ ਇਸ ਗਾਣੇ ਨੂੰ ਮਿਊਜ਼ਿਕ ਦਿੱਤਾ ਗਿਆ ਹੈ ਮਨੀ ਸੰਧੂ ਵੱਲੋਂ। ਇਸ ਗਾਣੇ ਦੇ ਕਹਿਣ ਜਿਹੇ ਪੋਸਟਰ ਨੂੰ ਦੇਖ ਕੇ ਮੈਂ ਤਾਂ ਬਹੁਤ ਐਕਸਾਈਟਿਡ ਹੋ ਗਈ ਹਾਂ ਇਸ ਗਾਣੇ ਨੂੰ ਸੁਣਨ ਲਈ, ਕਿਉਂਕਿ ਮੈਨੂੰ ਲੱਗ ਰਿਹਾ ਕਿ ਇਹ ਗਾਣਾ ਕੁਝ ਡਿਫਰੈਂਟ ਹੋਣ ਵਾਲਾ ਹੈ। ਬਾਕੀ ਹੁਣ ਜੇ ਮੈਂ ਗੱਲ ਕਰਾਂ ਮਨੀ ਸੰਧੂ ਦੀ ਅਤੇ ਮਨੀ ਸੰਧੂ ਨੂੰ, ਅਸੀਂ ਰੀਸੈਂਟਲੀ ਪੰਜੇਬਾ ਗਾਣੇ ਵਿੱਚ ਜੈਸਮਿਨ ਸੈਂਡਲਸ ਦੇ ਨਾਲ ਕੋਲੈਬੋਰੇਟ ਕਰਦੇ ਹੋਏ ਦੇਖਿਆ ਸੀ। ਇਸ ਗਾਣੇ ਨੂੰ ਸਾਰਿਆਂ ਵੱਲੋਂ ਖੂਬ ਪਸੰਦ ਵੀ ਕੀਤਾ ਗਿਆ ਅਤੇ ਇਸਦੇ ਮਿਊਜ਼ਿਕ ਨੂੰ ਵੀ ਸਾਰਿਆਂ ਨੇ ਖੂਬ ਪਿਆਰ ਦਿੱਤਾ। ਉੱਥੇ ਹੁਣ ਤੱਕ ਅਸੀਂ ਕਈ ਸੌਂਗਸ ਦੇ ਵਿੱਚ ਨਵਾਨ ਸੰਧੂ ਅਤੇ ਮਨੀ ਸੰਧੂ ਨੂੰ ਕੋਲੈਬੋਰੇਟ ਕਰਦੇ ਹੋਏ ਦੇਖਿਆ ਹੈ। ਉੱਥੇ ਅਸੀਂ ਇਹ ਵੀ ਦੇਖਿਆ ਕਿ ਇਹਨਾਂ ਦੋਨਾਂ ਦੀਆਂ ਕੋਲੈਬੋਰੇਸ਼ਨਸ ਹਮੇਸ਼ਾ ਹੀ ਸੁਪਰ ਡੂਪਰ ਹਿੱਟ ਹੁੰਦੀਆਂ ਨੇ। ਉੱਥੇ ਅਸੀਂ ਸਾਰਿਆਂ ਨੇ ਰੀਸੈਂਟਲੀ ਇੰਜੋਏ ਕੀਤਾ ਨਵਾਨ ਸੰਧੂ ਅਤੇ ਮਨੀ ਸੰਧੂ ਦਾ ਸੌਂਗ ਦੋ ਪਲ, ਜੋ ਕਿ ਸੁਪਰ ਡੂਪਰ ਹਿੱਟ ਰਿਹਾ। ਸੋ ਮੈਨੂੰ ਤਾਂ ਪੂਰੀ ਉਮੀਦ ਹੈ ਕਿ ਜਿਸ ਤਰ੍ਹਾਂ ਮਨੀ ਸੰਧੂ ਅਤੇ ਨਵਾਨ ਸੰਧੂ ਦੇ ਸਾਰੇ ਹੀ ਗਾਣੇ ਸੁਪਰ ਹਿੱਟ ਰਹਿੰਦੇ ਨੇ, ਉਹਨਾਂ ਦਾ ਆਉਣ ਵਾਲਾ ਇਹ ਸੌਂਗ ਸੰਧੂ ਟੇਕ ਓਵਰ ਵੀ ਸੁਪਰ ਡੂਪਰ ਹਿੱਟ ਜਾਣ ਵਾਲਾ ਅਤੇ ਸਾਨੂੰ ਸਾਰਿਆਂ ਨੂੰ ਖੂਬ ਪਸੰਦ ਆਉਣ ਵਾਲਾ ਹੈ। ਬਾਕੀ ਮੈਨੂੰ ਤਾਂ ਇਹ ਸੌਂਗ ਦੀ ਬਹੁਤ ਐਕਸਾਈਟਮੈਂਟ ਹੈ, ਤੁਹਾਨੂੰ ਕਿੰਨੀ ਕਿ ਅਤੇ ਤੁਹਾਨੂੰ ਇਹ ਪੋਸਟਰ ਕਿਹੋ ਜਿਹਾ ਲੱਗਾ ਮੈਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ। ਬਾਲੀਵੁੱਡ ਅਤੇ ਬਾਲੀਵੁੱਡ ਨਾਲ ਜੁੜੀਆਂ ਨਵੀਆਂ ਅਜਿਹੀਆਂ ਅਪਡੇਟ ਜਾਣਨ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ gabru.com, ਪ੍ਰੈਸ ਦ ਬੈਲ ਆਈਕਨ ਟੂ ਨੈਵਰ ਮਿਸ ਅ ਵੀਡੀਓ ਫਰਮ ਗਬਰੂ। ਬਹੁਤ ਇੰਪੋਰਟੈਂਟ ਸੂਚਨਾ ਬਾਲੀਵੁੱਡ ਤੇ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ ਵਾਸਤੇ, ਪੰਜਾਬ ਦਾ ਪਹਿਲਾ ਪਾਕਟ ਟੀਵੀ ਤੇ ਗਬਰੂ ਲਾਈਵ ਟੀਵੀ ਦੇਖਣ ਵਾਸਤੇ, ਇਹ ਹੈ ਗਬਰੂ ਦੀ ਮੋਬਾਈਲ ਐਪ। ਹੁਣੇ ਇੰਸਟਾਲ ਕਰੋ ਗਬਰੂ ਐਪ, ਕਰ ਲਓ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰਜ਼ੀ।